देख रहे हो सांझ टीवी न्यूज पोर्टल। फिरोजपुर के मलवाड़ रोड से स्थित एक कपड़े की दुकान चोरों ने निशाना बनाते हुए शटर तोड़ के दुकान च पिया लखां दा कपड़ा चोरी कर लिया। इस संबंधी दुकान मालक ने दसिया कि वह रात 9 बजे दुकान बंद करके अपने घर गया अते जदों सवेरे आके देखा तो दुकान का शटर टुटिया सी ते अंदरों लखां दा कपड़ा गायब सी। दुकान मालिक के अनुसार उन्हां वल्लों पुलिस नूं इस संबंधी सूचित कर दिता गया है। ਦੁਕਾਨ ਤੁਹਾਡੀ ਕਾਹਦੀ ਤੇ ਕਿੱਥੇ ਸੀਗੀ? ਰੈਡੀਮੇਡ ਦੀ ਆਪਣੀ ਮਾਲਵਾ ਰੋਡ ਤੇ ਫਰੈਂਡ ਕਲੈਕਸ਼ਨ। ਕਦੋਂ ਬਣਾਈ? ਕਿੰਨੀ ਦਿਨ ਹੋ ਗਏ? ਡੇਢ ਦੋ ਮਹੀਨੇ। ਅੱਛਾ, ਕਿੰਨਾ ਕੀ ਚੋਰੀ ਕੀ ਕਰਕੇ ਲੈ ਗਏ? ਸਾਰਾ ਸਮਾਨ ਲੈ ਗਏ ਤੋਂ ਜੈਟੀ ਜੀ ਮਤਲਬ ਜੋ ਵੀ ਹੈਗਾ ਸੀ, ਕੱਪੜੇ ਜੋ ਪੈਂਟ ਸ਼ਰਟ ਟੀ ਸ਼ਰਟ ਲੋਅਰ ਸਭ ਕੁਛ ਲੈ ਗਏ ਆ। ਕਿੰਨੇ ਕੁ ਦਾ ਸਮਾਨ ਜਿਹੜਾ ਚੋਰੀ ਕਰ? 4-4:30 ਦੇ ਕਰੀਬ ਸੀ। ਕਿੰਨੇ ਕੁ ਵਜੇ ਚੋਰੀ, ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਵੀ ਇਹ ਫੋਨ ਆਇਆ ਪੁਲਿਸ ਵਾਲਿਆਂ ਦਾ। ਪੁਲਿਸ ਵਾਲਿਆਂ ਦਾ ਠੀਕ ਹੈ। ਹਾਂਜੀ, ਕਦੇ ਤੁਹਾਡੀ ਸ਼ੋਪ ਦਾ ਮਤਲਬ ਸ਼ਟਰ ਟੁੱਟਾ ਆ, ਤੁਸੀਂ ਇੱਥੇ ਆਓ ਇੱਕ ਵਾਰੀ ਆਣ ਕੇ ਵੇਖੋ। ਕਿੰਨੀ ਚੋਰੀ, ਕਿੰਨੇ ਕੁ ਲੱਖ ਦੀ? 4-4 ਦੀ। ਅਤੇ ਤੁਸੀਂ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗਦੇ? ਅਸੀਂ ਇਹ ਮੰਗਦੇ ਜੀ, ਸਾਨੂੰ ਇਨਸਾਨ ਮਿਲਣਾ ਚਾਹੀਦਾ, ਚੋਰ ਆ ਫੜੇ ਜਾਣ, ਸਾਡਾ ਮਾਲ ਵਾਪਸ ਕੀਤਾ ਜਾਵੇ। ਹੈਂਡੀਕੈਪ? ਹਾਂਜੀ, ਦੱਸ ਦੇਣਾ ਜੀ, ਹੈਂਡੀਕੈਪ ਆ ਭਾਜੀ, ਅਤੇ ਮੇਰਾ ਜਿਹੜਾ ਮਾਲ ਆ ਮੈਨੂੰ ਵਾਪਸ ਕੀਤਾ ਜਾਵੇ। ਸਾਂਝ ਟੀਵੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।